ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਸੰਬੰਧਿਤ ਲੇਟੈਸਟ ਨਿਊਜ਼ ਆਪ ਸਭ ਨਾਲ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਹੈ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਜੁੜੀਆਂ ਹੋਈਆਂ ਤਾਜ਼ੀਆਂ ਖਬਰਾਂ ਸਾਡੇ ਚੈਨਲ ਦੇ ਉੱਪਰ ਸੁਣ ਸਕੋ ਸੋ ਬੈਲ ਨੂੰ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਅਪ ਟੂ ਡੇਟ ਜਿਹੜੇ ਮਿਲ ਸਕਣ ਤੇ ਲਾਸਟ ਤੱਕ ਵੀਡੀਓ ਨੂੰ ਜਰੂਰ ਪਲੀਜ਼ ਦੇਖਿਆ ਕਰੋ ਕਿਉਂਕਿ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਨਾਲ ਅਸੀਂ ਜੋ ਦਿਨ ਦੇ ਵਿੱਚ ਖਬਰਾਂ ਆਉਂਦੀਆਂ ਨੇ ਤਾਜ਼ਾ ਉਹ ਅਸੀਂ ਡਿਸਕਸ ਕਰਦੇ ਹਾਂ ਸੋ ਕਈ ਵਾਰ ਤੁਹਾਡੇ ਨਾਲ ਜੁੜੀ ਹੋਈ ਖਬਰ ਬਾਅਦ ਵਿੱਚ ਵੀ ਹੋ ਸਕਦੀ ਹੈ ਸੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਆ ਕਰੋ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਇੱਥੋਂ ਦੇ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਤੇ ਬੈਠੇ ਮੁਲਾਜ਼ਮ ਮਨੀਸ਼ ਕੁਮਾਰ ਅਤੇ ਜਸਵੰਤ ਕੁਬਾਇਆ ਨੇ ਸਿੱਖਿਆ ਵਿਭਾਗ ਵੱਲੋਂ ਕੱਢੀਆਂ ਗਈਆਂ 4185 ਮਾਸਟਰ ਕੈਡਰ ਦੀਆਂ ਅਸਾਮੀਆਂ 'ਚ ਪੰਜਾਬੀ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀਆਂ ਘੱਟ ਪੋਸਟਾਂ ਘੱਟ ਪੋਸਟਾਂ ਹੋਣ ਦੇ ਸ਼ੱਕ ਜ਼ਾਹਿਰ ਕਰਦਿਆਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸਮੂਹਿਕ ਆਤਮਦਾਦ ਦੀ ਧਮਕੀ ਦਿੱਤੀ ਇਸ ਤਰ੍ਹਾਂ ਸੰਦੀਪ ਗੇਲ ਤੇ ਗੁਰਪ੍ਰੀਤ ਸਿੰਘ ਪੱਕਾ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਨੀਅਤ ਤੇ ਸ਼ੱਕ ਕਰਦਿਆਂ ਕਿਹਾ ਕਿ ਇਸ਼ਤਿਹਾਰ ਜਾਰੀ ਹੋਣ ਮਗਰੋਂ ਵੀ ਵਿਸ਼ਾ ਵਾਰ ਸੂਚੀ ਜਾਰੀ ਨਾ ਕਰਨਾ ਬੇਰੁਜ਼ਗਾਰਾਂ ਨਾਲ ਪੱਖਪਾਤ ਹੋਣ ਵੱਲ ਇਸ਼ਾਰਾ ਕਰਦਾ ਹੈ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਣੀ ਕਿਹਾ ਕਿ ਪਿਛਲੀ 3704 ਮਾਸਟਰ ਕੇਡਰ ਦੀ ਭਰਤੀ ਵਾਂਗ ਧੋਖਾ ਕੀਤਾ ਗਿਆ ਤਾਂ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਸੋ ਇਹ ਜਿਹੜੀਆਂ 4185 ਪੋਸਟ ਆਈਆਂ ਇਹ ਉਹਨਾਂ ਨਾਲ ਸੰਬੰਧਿਤ ਹੈ ਮਾਸਟਰ ਕੇਡਰ ਨਾਲ ਨਿਊਜ਼ ਸੋ ਨੈਕਸਟ ਦੇਖਦੇ ਹਾਂ ਜੀ ਪੰਜਾਬ ਦੀ ਮੰਗਾਂ ਪੂਰਤੀ ਸੰਬੰਧੀ ਸੂਬੇ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋੜ ਸੰਘਰਸ਼ ਵਿੜਨ ਦਾ ਫੈਸਲਾ ਲਿਆ ਹੈ ਤਰਕ ਹੈ ਕਿ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੇ ਫੈਸਲਿਆਂ ਅਨੁਸਾਰ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੌਦ ਕਰਕੇ ਲਾਗੂ ਕਰਨ ਤੋਂ ਇਨਕਾਰੀ ਹੈ ਪੀ ਐਸ ای ਬੀ EMPLOYES JOINT ਅੰਬਲੇਜ ਵਾਈਨਟ ਫੋਰਸ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਸਮੇਤparatri ਜਥੇਬੰਦੀਆਂ 29 ਦਸੰਬਰ ਨੂੰ ਪਾਵਰਕਾਮ ਦੇ ਪਟਿਆਲਾ ਸਥਿਤ ਮੁਕਤ ਮੁੱਖ ਦਫ਼ਤਰ ਅੱਗੇ ਸੂਬਾਈ ਧਰਨਾ ਦੇਣਗੀਆਂ ਇਸ ਦੌਰਾਨ ਸਰਕਾਰ ਨੇ ਨਾਮ ਮੰਗ ਪੱਤਰ ਦੇਣ ਲਈ ਪੰਜਾਬ ਸਰਕਾਰ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਰੈਸ਼ਵਜ ਰੋਸ ਮਾਰਚ ਵੀ ਕੀਤਾ ਚਾਹਵੇਗਾ ਉਹਨਾਂ ਦੇ ਇਸ ਤੋਂ ਪਹਿਲਾਂ 21 ਦਸੰਬਰ ਨੂੰ ਪਾਵਰਕਾਮ ਅਤੇ ਟ੍ਰਾਂਸਕੋ ਦੇ ਪੰਜਾਬ ਭਾਰ ਵਿੱਚਲੇ ਉਪ ਮੰਡਲ ਅਤੇ ਮੰਡਲ ਪੱਧਰ ਤੇ ਸਥਿਤ ਸੂਬਾ ਬਿਜਲੀ ਦਫ਼ਤਰਾਂ ਅੱਗੇ ਸਰਕਾਰ ਦੇ ਮੁਲਾਜ਼ਮਾਂ ਵਿਰੁੱਧ ਸਰਕੂਲਰ ਸਾੜ ਕੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਫੋਰਮ ਵੱਲੋਂ ਲਏ ਗਏ ਇਸ ਫੈਸਲੇ ਸੰਬੰਧੀ ਜਾਣਕਾਰੀ ਜੁਆਇੰਟ ਫੋਰਮ ਦੇ ਆਗੂ ਕਰਮਚੰਦ ਭਰਦਵਾਜ ਕੁਲਦੀਪ ਖੰਨਾ ਜਗਰੂਪ ਮਹਿੰਦਪੁਰ ਬਲਵਿੰਦਰ ਸਿੰਘ ਰਾਮ ਲੁਬਾਇਆ ਹਰਜੀਤ ਹਰਜੀਤ ਸਿੰਘ ਨੇ ਜਿਹੜੇ ਇਸ ਇਹਦੇ ਵਿੱਚ ਸ਼ਾਮਿਲ ਸਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਵਫਤ ਨੇ ਅੱਜ ਸੀਏ ਜਤਿੰਦਰ ਗੋਇਲ ਡਾਇਰੈਕਟ ਵਿੱਚ ਪਾਵਰ ਕਾਮ ਪਟਿਆਲਾ ਨੂੰ ਮਿਲ ਕੇ ਮੁਲਾਜ਼ਮਾਂ ਦੇ ਰੋਸ ਤੋਂ ਜਾਣੂ ਕਰਵਾ ਦਿੱਤਾ ਉਹਨਾਂ ਕਿਹਾ ਕਿ ਜੇਕਰ ਜੁਆਇਨ ਜੂਨੀਅਰ ਇੰਜੀਨੀਅਰ ਜੁਆਇੰਟ ਐਕਸ਼ਨ ਕਮੇਟੀ ਅਕਾਊਂਟੈਂਟਸ ਅਤੇ ਹੋਰ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਅਨੁਸਾਰ ਮੰਗਾਂ ਨਹੀਂ ਲਾਗੂ ਕੀਤੀਆਂ ਜਾਂਦੀਆਂ ਤਾਂ ਮੁਲਾਜ਼ਮ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਸੋ ਨੈਕਸਟ ਜਿਹੜੀ ਨਿਊਜ਼ ਹੈਗੀ ਆ ਉਹ ਬੈਂਕਾਂ ਨਾਲ ਹੈ ਦੇਸ਼ ਭਰ ਵਿੱਚ ਲਗਾਤਾਰ ਦੂਜੇ ਦਿਨ ਬੈਂਕਾਂ ਦੇ ਬੰਦ ਰਹਿਣ ਨਾਲ ਸਭ ਵਰਗਾਂ ਨੂੰ ਪਾਰੀ ਤੰਗ ਹੋਣਾ ਪੈ ਰਿਹਾ ਹੈ ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਭਲੇ ਲਈ ਇਸ ਹੜਤਾਲ ਦਾ ਹੋਣਾ ਜ਼ਰੂਰੀ ਹੈ ਇੱਥੇ ਵਾਟਰ ਵਰਕ ਵਰਕਰਸ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਦੇ ਬਾਹਰ ਲਗਾਤਾਰ ਦੂਜੇ ਦਿਨ ਧਰਨਾ ਲਾ ਕੇ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠ ਨੌ ਮੁਲਾਜ਼ਮ ਜਥੇਬੰਦੀਆਂ ਨੇ ਵੱਖ-ਵੱਖ ਬੈਂਕਾਂ ਦੇ ਲਗਭਗ 150 ਕਰੀਬ ਬੈਂਕ ਕਰਮਚਾਰੀਆਂ ਦੇ ਅਧਿਕਾਰੀਆਂ ਦੇ ਕੇਂਦਰ ਸਰਕਾਰ ਵਿਰੋਧ ਨਾਰੇਬਾਜ਼ੀ ਕੀਤੀ ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਅੱਜ ਮੋੜ ਦੇਸ਼ ਭਰ ਦੇ ਲਗਭਗ 10 ਲੱਖ ਮੁਲਾਜ਼ਮ ਅਤੇ ਅਧਿਕਾਰੀ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦਾ ਬਿੱਲ ਪੇਸ਼ ਕਾਰਨ ਖਿਲਾਫ ਹੜਤਾਲ ਤੇ ਹਨ ਬੈਂਕ ਕਰਮੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀ ਹੜਤਾਲ ਦੇਸ਼ ਦੀ ਤਾਨਾਸ਼ਾਹੀ ਮੋਦੀ ਹਕੂਮਤ ਦੇ ਖਿਲਾਫ ਹੈ ਇਸ ਮੌਕੇ ਦੇ ਕਾਮਰੇਡ ਸਾਹਿਲ ਜੈਨ ਦੀਪਕ ਸੇਠੀ ਨੀਰਜ ਕੁਮਾਰ ਭੁਪਿੰਦਰ ਸਿੰਘ ਗਗਨਦੀਪ ਸਿੰਘ ਜਸਵੀਰ ਸਿੰਘ ਲਸ਼ਮਨ ਸਿੰਘ ਰਕੇਸ਼ ਸਿੰਘ ਤੇ ਕੁਲਵਿੰਦਰ ਗੁਰੂ ਨੇ ਵੀ ਸੰਬੋਧਨ ਕੀਤਾ ਸੋ ਅੱਜ ਦੀਆਂ ਖਬਰਾਂ ਮਾਸਟਰ ਕੇਡਰ ਨਾਲ ਬੈਂਕ ਮੁਲਾਜ਼ਮਾਂ ਨਾਲ ਤੇ ਬਿਜਲੀ ਦੇ ਮੁਲਾਜ਼ਮਾਂ ਨਾਲ ਸੰਬੰਧ ਰੱਖਦੀਆਂ ਸਨ ਸੋ ਨੈਕਸਟ ਵੀਡੀਓ ਦੇ ਵਿੱਚ ਜੋ ਸਾਡੇ ਕੋਲੇ ਤਾਜ਼ਾ ਖਬਰਾਂ ਆਉਣਗੀਆਂ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਫਿਰ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਜੀਨੀਅਸ ਸਟੱਡੀ ਹੱਬ ਨਾਲ ਤੇ ਪਲੀਜ਼ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਹਰ ਤਰ੍ਹਾਂ ਦੇ ਵਿਭਾਗ ਨਾਲ ਸੰਬੰਧਿਤ ਖਬਰਾਂ ਆਪਣੀਆਂ ਵੀਡੀਓਜ਼ ਦੇ ਵਿੱਚ ਲੈ ਕੇ ਆਉਣੀ ਆ ਸੋ ਧੰਨਵਾਦ ਜੀ